अस्सलाम वालेकुम भाई, क्या हाल है? ठीक हो? सेहत तबीयत ठीक है भाई? देखना लंगो ये दसो, ये शौक केड़ी जादू करंदे पेवे? ए मैं रड़ा बस के पे भाई पास साहब वाला चौक माल करके बस दिन को। अच्छा जी जी, मैं ना लिया कदराने पिया सही बस याद ना ये बंदा थी के बहरहाल इतने जितने भी बैठे उन्होंने बावजूद भी एक साल के सारे मेरी इज्जत करे उन्होंने ये बानी है। अच्छी गल है, साथ उस बानी बोले ने बहरहाल उन्होंने ये मेहरबानी है बहुत सारी। सही बहरहाल मैं जो भी रखे ना बहरहाल अच्छा एक कबूतर रखे ना बस लगे माड़ा नहीं रखे ना मैं। सही और सर जी देखना ना कोई दसो अपने को इस टाइम टोटल कितने कबूतर मौजूद है मेरे को? नहीं टाइम उन ते ये जड़े बैठे ने साल के 130 कबूतर है पिया। थोड़े घने उन्होंने छोड़ वो बारह लो दस पंद्रह मैं भी है साल के 140-145 कबूतर बैठे ظاہر ہے تھوڑا بھی کوئی استاد ہوسی رکھ رکھاؤ سمجھ بوجھ فرق بالکل استاد بغیر سے کوئی کم ہی نہیں تھیندا تھوڑے استاد صاحب دا نام میرے استاد سے کو میرے ڈاڑے صاحب ان دا لے انہاں دا نام احمد باش ماشاءاللہ اون دے بعد میرے والد صاحب ان میرے استاد ان استاد اسلم او بھی ملتان تو ہیں جی جی ملتان صحیح جی اے ٹکڑی والے کبوتر اڑاون والے کبوتر ان پہ تے سارے مطلب فیٹر ہیں پہ جی جی تھا کوئی بریڈنگ والے کبوتروں دا شوق وی ہے کوئی جوڑ چھوڑے ہائی بارا لو ختم کر چھوڑے شرازی اشارہ کول ٹوٹل ہر قسم دی بھائی کوئی ایسی مثال کہ جنہاں سنو سی جڑی میرے کول نو سی ہر قسم دی ہوندی ہے اور میرے کول دو چپے بھی نکلن اللہ دی مہربانی ہے اچھا کہ این ٹائم ایک ماڑا آیا تے نجے ڈو رنگا چ رہے کھال بیٹھو سی لال کھال لگیا صحیح تے اون دے باوجود بھی جڑا نا صحیح کہ ਉਹ ਤੋਂ ਬਾਅਦ ਖਤਮ ਸੀ ਸ਼ੌਂਕ ਦਾ ਮੈਂ ਉਡਾਰ ਉਡਾਰ ਦਾ ਬੜਾ ਸ਼ੌਂਕ ਹੈ ਪਿਆ ਕਿ ਮੈਂ ਆਹਦਾ ਕਿ ਬਈ ਮਿਸਾਲ ਹੈ ਕਿ ਦਿਨ ਦੇ ਟਾਈਮ ਫੁੱਲ ਗਰਮੀ ਦੇ ਵਿੱਚ ਜਿੰਨੀ ਗਰਮੀ ਹੋਵੇ ਬੰਦਾ 12 ਵਜੇ ਤੋਂ ਰੱਖ ਕੇ 5 ਵਜੇ ਤੱਕ ਕਬੂਤਰ ਉਡਾਵੇ ਮਜ਼ਾ ਵਾਲਾ ਹੁੰਦਾ ਕਬੂਤਰ ਮੈਂ ਸਾਥ ਗਿਆ ਨਹੀਂ ਮੈਂ ਆਹਦਾ ਜੇ ਬੰਦਾ ਵੀ ਆਦੇ ਬਾਕੀ ਇਹ ਜਿੱਥੇ ਚੱਲਾਵੇ ਸੁਣੇ ਅੱਲਾ ਦੀ ਮਿਹਰਬਾਨੀ ਕਾਮਯਾਬੀ ਮਿਲਦੀ ਇਨਸ਼ਾਅੱਲਾ ਇਨਸ਼ਾਅੱਲਾ ਬੜੇ ਬੜੇ ਮਿਸਾਲ ਆਦੇ ਨਾਲ ਸਾਥ ਹੈ ਸਾਥ ਸਾਦੀ ਬੜੀ ਦੂਰ ਪਈ ਸਹੀ ਇਹ ਚੀਜ਼ ਦੇ ਕੋਈ ਮਿਸਾਲ ਹੈ ਕਿ ਆਖੇ ਨਾ ਕਿ ਮੈਂ ਚਲਾ ਦਸਾਂ ਕਿ ਮਮਾ ਹੋਰ ਜਿਹੜੇ ਬਾਕੀ ਕਬੂਤਰ ਬਚ ਗਏ ਨੇ ਇਹਨਾਂ ਦਾ ਕੀ ਇਰਾਦਾ ਹੈ ਲੜਵਾਉਣ ਨਹੀਂ ਆ ਜੀ ਬਿਲਕੁਲ ਲੜਵਾਉਣ ਦਾ ਸ਼ੌਕ ਹੈ ਮੈਂ ਵੀ ਇਨਸ਼ਾਅੱਲਾ ਇਰਾਦਾ ਕੀਤੀ ਕਰਨ ਦਾ ਕੋਈ 60-70 ਵੀ ਅਤੇ ਚਾਹਵਨੇ ਦੋਸਤ ਨਾਲ ਗੱਲ ਵੀ ਨਹੀਂ ਕਰੀ ਰਾਤ ਦੀ ਅੱਛਾ ਇਨਸ਼ਾਅੱਲਾ ਜਿਹੜੇ ਮਿਸਾਲ ਉਹਨਾਂ ਦਾ ਰੇਟ ਦਾ ਲੱਗ ਵੀ ਰਤਾ ਤੇ ਮੈਂ 60-70 ਕਬੂਤਰ ਚਾਹੂ ਵਾਲੋ ਸਾਰੇ ਕੋਲ ਆਇਆ ਇਨਸ਼ਾਅੱਲਾ ਤਾਰਾ ਦਾਵੇਦਾਰ ਦਾਵੇਦਾਰ ਜ਼ਰੂਰ ਦੇਖੋ ਨਹੀਂ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿ ਇੱਕ ਸਕਿੰਟ ਦਾ ਭਰੋਸਾ ਹੀ ਹੈ ਨਹੀਂ ਸਹੀ ਬਾਕੀ ਇਹ ਮਿਸਾਲ ਇਕੱਲਾ ਸਹੀ ਨਹੀਂ ਇੱਜ਼ਤ ਲਿਖੀ ਹੋਈ ਸੋਨੀ ਦਾ ਜ਼ਿਆਦਾ ਖਰਾਬ اگر کبوتر بازی کرنی ہے تو کبوتر بازی اپنا شوق جڑا ہے نا نہ اپنا خراب کرو نہ بیاد کرو ایک بار کوئی بھی ہے میں ان کی قدر کرے نا کہ وہ کبوتر اگر ٹوٹتے کھلتے لمبے مہندے کھلوتے کوئی تنگ نہ کرو اگر تسے نہیں ٹول سکتے بیاد شوق تے برباد نہ کرو بالکل اگر تسا جیلس تھی سو بیاد شوق تسا جڑا نا ان دے باوجود تسا مثال کہ نہ دیکھنے سو تسا کبوتر باز کہہ نہیں میں تو کبوتر باز نہیں گرنا بندے گرنا چاہندا کیا پکڑ کے کبوتر کیا 1000 دا بیچ کے 2000 دا بیچ کے 500 دے نال پوری نہیں پوندی انسان دی ٹھیک ہے نا شوق رکھو اچھا شوق رکھو اور اچھا ذہن رکھو پہلے تسا بھائی چھت تے بھی شوق کیتا تسا جی ਕਹਿ ਬਈ ਛੱਤ ਤੇ ਵੀ ਸ਼ੌਕ ਕੀਤਾ ਤੁਸੀਂ ਜੀ ਮੈਂ ਜ਼ਾਹਦ ਖਾਨ ਦੇ ਗਿਆ ਮੈਂ ਕਬੂਤਰ ਕਿਉਂਕਿ ਸਾਡੀ ਬੜੀ ਇੱਜ਼ਤ ਕਰੇ ਉਹਨਾਂ ਦੀ ਮਿਹਰਬਾਨੀ ਹੈ ਤੇ ਮੈਂ ਜ਼ਾਹਦ ਖਾਨ ਖਾਕਵਾਨੀ ਸਰ ਜੀ ਜੀ ਬਿਲਕੁਲ ਮੈਂ ਕਬੂਤਰ ਉਡਾਇਆ ਕਿ ਬਹਰਾਲ ਅੱਲਾ ਦੀ ਮਿਹਰਬਾਨੀ ਉਹਨਾਂ ਨੇ ਬੜੀ ਇੱਜ਼ਤ ਦੇਣ ਉਹਨਾਂ ਦੀ ਅੱਲਾ ਜ਼ਿੰਦਗੀ ਰੱਖੇ ਮੇਰੇ ਵੱਡੇ ਭਾਈ ਦੇ ਦੋਸਤ ਨੇ ਸਾਡੇ ਵੀ ਮਿਸਾਲ ਹੈ ਉਹਨਾਂ ਮੈਂ ਕੋ ਕਰਾਨੇ ਜਾਂ ਕਿ ਉਹ ਸਾਹ ਦੇ ਪਿਓ ਆਦਨ ਸਾਡਾ ਭਾਈ ਹੈ ਪਿਆ ਸਹੀ ਬਹਰਾਲ ਅੱਛੇ ਇਨਸਾਨ ਉਹਨਾਂ ਕੋ ਪ੍ਰੋਟ ਬੋਲ ਲਿੱਤੇ ਉਹਨਾਂ ਨੇ ਪਰ ਉਹਨਾਂ ਦੇ ਬਾਵਜੂਦ ਮੈਂ ਖੁਦ ਆਪ ਹਟਾਇਆ ਮੈਂ ਕਿ ਉਹਨਾਂ ਇਹ ਨਹੀਂ ਆ ਕੇ ਤੋ ਸਾਥ ਚੱਲਾ ਮੈਂ ਸਹੀ ਉਹਦੇ ਬਾਵਜੂਦ ਗਾਲ ਹੈ ਕਿ ਨਾ ਦੇਖੋ ਤੇ ਇੱਥੇ ਮਿਸਾਲ ਕਿ ਨਹੀਂ ਕਿ ਬੂਰੇ ਰਾਗਣੇ ਇਹ ਕਰਨਾ ਬੈਗ ਤੰਗ ਕਰਨਾ ਦਿਲੋਂ ਖਾਣਾ ਚਾਰ ਰੱਖੋ ਸਾਫ ਸੁਥਰੇ ਸਾ ਇਹ ਆਦੇ ਆ ਸਹੀ ਠੀਕ ਹੈ ਨਾ ਇਨਸਾਨੀਅਤ ਇਹ ਚੀਜ਼ ਜੋ ਨਹੀਂ ਇਹ ਨਹੀਂ ਕਿ ਇਨਸਾਨੀਅਤ ਕਿ ਬੈਗ ਤੰਗ ਕਰਨਾ ਤੇ ਇਹ ਕਰਨਾ ਉਹ ਕਰਨਾ ਅੱਛੀ ਗੱਲ ਨਹੀਂ ਖਾਨਦਾਨੀ ਬੰਦਾ ਕਹਿੰਦਾ ਬਾਬਾ ਕੋਈ ਗਰੀਬ ਤੋਂ ਗਰੀਬ ਹੀ ਹੈ ਨਾ ਜੀ ਬਹਰਾਲ ਅੱਛਾ ਧਿਆਨ ਰੱਖਣਾ ਚਾਹੀਦਾ ਅਸਾਂ ਇਹ ਅੱਛਾ ਪੈਗਾਮ ਹੈ ਜੀ ਜ਼ਾਹਿਰ ਹੈ ਦੋਸਤੋ ਵੀਰੋ ਮੈਂ ਇਹ ਪੈਗਾਮ ਉਸਾਹ ਸਾਹਿਬ ਬਣਾਉਂਦਾ ਆਪਣੇ ਲਫ਼ਜ਼ਾਂ ਦੇ ਵਿੱਚ ਤੁਹਾਡੀ ਨਜ਼ਰ ਕਰੇਂਦਾ ਪਿਆ ਉਸਾਹ ਸਾਹਿਬ ਬਣਾਉਂਦਾ ਟੋਟਲ ਗੁਫ਼ਤਗੂ ਦਾ ਨਿਚੋੜ ਆਈ ਪਿਆ ਕਬੂਤਰ ਸੈੱਟ ਤਿਆਰ ਕਰੇਂਦੇ ਹੋਏ ਵਕਤ ਬਹੁਤ ਲੱਗਦਾ ਹੈ ਸਰਮਾਇਆ ਬਹੁਤ ਲੱਗਦਾ ਹੈ ਜਿਸ ਟਾਈਮ ਕੋਈ ਬੰਦਾ ਸ਼ੌਕ ਅੱਛਾ ਕਰੇਂਦਾ ਪਿਆ ਹੋਵੇ ਸਹਿ ਲਿਖਣਾ ਚਾਹੁੰਦਾ ਪਿਆ ਹੋਵੇ ਜਾਂ ਲੰਬੀ ਪੱਟੀ ਦਾ ਸ਼ੁਗਰ ਲਿਖਣਾ ਚਾਹੁੰਦਾ ਪਿਆ ਹੋਵੇ ਕਿ ਆਪਣੇ ਬਹਿ ਹਰੀਫ ਦੇ ਨਾਲ ਲੜਾਉਣਾ ਚਾਹੁੰਦਾ ਪਿਆ ਹੋਵੇ ਤਾਂ ਵਿੱਚ ਕਾਫੀ ਸਾਰੇ ਦੋਸਤ ਇਨ ਪੇ ਆਪਣੇ ਕਬੂਤਰ ਉਡਾ ਕੇ ਖੜੇ ਕਰ ਦਿੰਦੇ ਨੇ ਵਾਲਾ ਸੈੱਟ ਅੱਗਾ ਨਹੀਂ ਵੇਂਦਾ ਇਹਨਾਂ ਦੀ ਸਾਰੀ ਗੁਫ਼ਤਗੂ ਦਾ ਨਿਚੋੜ ਆਈ ਪਿਆ
कि शौक करो और करण लियो। बिस्मिल्लाहिर्रहमानिर्रहीम, वेलकम बैक टू अनदर वीडियो। मुझे कहते हैं राशिद तबस्सुम, आपको ये कहते हैं ज़रूर बताइएगा दोस्तों। नए शौक की खूबसूरत वीडियो लेके आपकी खिदमत में हाज़िर हुआ हूँ। वीडियो पसंद आए तो लाइक, कमेंट और शेयर लाजमी करना है, और जो दोस्त इस चैनल पर न्यू हैं चैनल को जल्दी से सब्सक्राइब कर लें, साथ बनी हुई घंटी के बटन को दबा दें ताकि आने वाली हर ऐसी न्यू और मज़ेदार वीडियोज़ आपको जल्द मिल सकें। दोस्तों ये शौक मैं आपको मुल्तान से उस्ताद लियाकत का दिखा रहा हूँ जी। ये देखें जी, अच्छे अच्छे कबूतर मौजूद हैं जी। उस्ताद लियाकत रां साहब हमारे साथ भी मौजूद हैं जी, और ये देख सकते हैं जी तकरीबन 130 कबूतर बैठे हैं। और दोस्तों इनके कोई अजीज़ हैं, तकरीबन 65-66 कबूतर जो है इनके शौक के थे वो ले गए हैं जी। वो बहुत खूबसूरत कबूतर थे, बहरहाल ये भी प्यारे हैं जी। अगर वो कबूतर इस सेट के अंदर बैठे होते तो फिर इस सेट की शान ही और होती। ठीक है जी, कुछ पट्ठे भी ऐड किए हुए हैं जी, काले केतले, काफ़ी सारे कबूतर मौजूद हैं। मुखिया, स्याह खाल कलियारे, लाल शराजी, लाल खाल कलियारे, ख्यारे कबूतर, कचपरे भी मौजूद हैं जी। माशाल्लाह ये बहुत पुराने उस्ताद हैं जी, और इनका जो है बड़ा नाम है इलाके में। बहरहाल अब इनकी छत पे आए हैं जी। इनका शौक आप तमाम दोस्तों की नज़र कर रहे हैं। दोस्तों वीडियो पसंद आए तो लाइक, कमेंट और शेयर लाजमी किया करें, और जो दोस्त इस चैनल पर न्यू हैं चैनल को सब्सक्राइब कर लें, साथ बनी हुई घंटी के बटन को दबा दें ताकि आने वाली हर ऐसी न्यू और मज़ेदार वीडियोस आपको जल्द मिल सकें। ये देखें दोस्तों माशाल्लाह कबूतरों को ऊपर बिठाया है जी। पिछोरी कबूतर भी मौजूद हैं, ठीक है जी। ख्यारे, काले केतले, मुखिया कबूतर, बहरहाल ये कबूतर भी अच्छे हैं दोस्तों, ठीक है जी। 130 कबूतर हैं दोस्तों। ये शुक्र में आपको बस्ती तीनपुर चक खंडू वाला से दिखा रहा हूँ जी, मुल्तान के अंदर से, ठीक है जी। ये दोबारा शौक कर लें दोस्तों। ये दोस्तों कुछ कबूतर हाफ कलियों में परिंद हैं जी, थोड़ा सा कबूतरों का उड़ाया है। फुल परिंद हो आएंगे तो फिर तो जहरी बात है सारे ही उड़ेंगे। ये देखें जी माशाल्लाह प्यारे प्यारे कबूतर बैठे हैं जी। ठीक है दोस्तों, ढेर सारी दुआओं के साथ राशिद तबस्सुम को दीजिए इजाज़त। अपना भी ढेर सारा ख्याल रखिएगा, दुआओं में याद रखिएगा। मिलते हैं दोस्तों इंशाल्लाह नेक्स्ट वीडियो में। मज़ीद अच्छी अच्छी वीडियोस देखने के लिए जुड़े रहे हैं चैनल LKB पिजन के साथ। आपको इससे भी बेहतर अच्छे अच्छे शौक की वीडियोस दिखाता रहूँगा दोस्तों। हमारा मकसद है इस शौक को बढ़ावा देना, हमारा मकसद है इस शौक को ज़िंदा रखना। दूर दूर आके आपको अच्छे अच्छे शौक की वीडियोस दिखाते हैं। सपोर्ट लाजमी कर दिया करें, सपोर्ट लाजमी कर दिया करें दोस्तों बिल्कुल साथ छत है, ये देख सकते हैं आप। ये वाली भी एक छत है, इस पर भी कबूतर है, ठीक है जी। और ये साथ बिल्कुल छत है, इस पे भी कबूतर है। पकड़ो पकड़ो, एक तो पकड़ो।